ਉਹ ਤੁਹਾਡੇ ਬਗੈਰ ਮਰ ਜਾਏਗਾ। ਤੁਸੀਂ ਆਪਣੀ ਖੂਬਸੂਰਤ ਜ਼ਿੰਦਗੀ 'ਚੋਂ ਕੁਝ ਟਾਈਮ ਮੇਰੇ ਉਸਤਾਦ ਨੂੰ ਦੇ ਦਿਓ, ਸ਼ਾਇਦ ਉਹਦੀ ਜ਼ਿੰਦਗੀ ਬਣ ਜਾਏ। ਜ਼ਿੰਦਗੀ ਬਣ ਜਾਏ, ਜ਼ਿੰਦਗੀ ਬਣ ਜਾਏ, ਜ਼ਿੰਦਗੀ ਬਣ ਜਾਏ। ਇਹ ਉਸਤਾਦ ਦੀ ਜ਼ਿੰਦਗੀ ਬਣਾ ਰਹੀ ਆਪਣੀ। ਮੈਂ ਆਪਣੇ ਉਸਤਾਦ ਦੀ ਗੱਲ ਕਰ ਰਿਹਾ ਮੈਡਮ। ਅੱਛਾ ਗੱਲ ਸੁਣ ਜੀ, ਹੈਗਾ ਤੂੰ ਸੋਹਣਾ। ਅੱਛਾ ਜੀ, ਤੇ ਮੈਂ ਤੇਰੇ ਵਾਸਤੇ ਤੇਰੇ ਉਸਤਾਦ ਨੂੰ ਸਿਰਫ 1.5 ਮਿੰਟ ਦਾ ਟਾਈਮ ਦੇ ਰਹੀ ਆਪਣੇ ਪਿਆਰ ਦਾ ਇਜ਼ਹਾਰ ਕਰੇ। 1.5 ਮਿੰਟ ਸਿਰਫ। ਉਸਤਾਦ ਜੀ, ਹਾਂ ਜੀ, ਸਪੀਡ ਤੋਂ ਸਪੀਡ ਜਾਓ ਤੇ ਪਹਿਲੇ ਧੋਤੀ ਬਦਲ ਕੇ ਆਓ। ਜਾਓ ਪਿਆਰ ਦਾ ਇਜ਼ਹਾਰ ਕਰ ਲਓ। ਠੀਕ ਹੈ। ਮੈਂ ਟਾਈਮ ਹੋ ਗਿਆ, 1.5 ਮਿੰਟ ਹੋ ਗਿਆ ਹੈ। ਸਿੱਧਾ ਜਾ ਕੇ ਗੱਲ ਕਰ, ਨਹੀਂ ਤੇ ਏਡੀ ਘੜੀ ਤੇ ਮੁੱਕਦਾ ਹੀ ਨਹੀਂ। ਤੁਹਾਡਾ ਟਾਈਮ ਮੁੱਕ ਗਿਆ ਉਸਤਾਦ ਜੀ। ਮੈਡਮ, ਯੈਸ, ਨਹੀਂ ਰਹਿ ਸਕਦਾ ਮੇਰਾ ਉਸਤਾਦ ਤੁਹਾਡੇ ਬਗੈਰ। ਨਹੀਂ ਰਹਿ ਸਕਦਾ, ਨਹੀਂ ਰਹਿ ਸਕਦਾ ਜੇ ਤੁਸੀਂ ਨਾ ਮਿਲੇ। ਅੱਛਾ, ਇਹ ਤੂੰ ਪੁੱਠੀ ਨਸਵਾਰ ਰੱਖੀ ਹੈ, ਇੰਨੀ ਉੱਚੀ ਤੇ ਨੇ ਛਵਾਈਤੀ ਨਹੀਂ ਜਦ ਤੱਕ ਪਿਛਲੇ ਦੇ ਟਿਕਟ ਨਾ ਲਈ ਹੋਵੇ। ਜੇ ਤੁਸੀਂ ਨਾ ਮਿਲੇ ਤੇ ਮਰ ਜਾਏਗਾ, ਮਰ ਜਾਏਗਾ, ਮਰ ਜਾਏਗਾ। ਤੁਸੀਂ ਮੇਰੇ ਉਸਤਾਦ ਦੀ ਗੱਲ ਸੁਣੋ। ਅੱਛਾ, ਸਿਰਫ ਪਲੀਜ਼ ਸਹੀ, ਮੈਂ ਤੁਹਾਡੀ ਗੱਲ ਕਰ ਰਿਹਾ ਕਿ ਜੀ ਮੈਡਮ, ਤੇਰੇ ਮੂੰਹ ਨੂੰ ਵੇਖਦੇ ਹੋਏ ਜੀ 1 ਮਿੰਟ ਦੇਣੀ ਆ। ਉਸਤਾਦ ਜੀ, ਹਾਂ ਜੀ, 1 ਮਿੰਟ ਹੈਗਾ ਜੀ। ਹਾਂ ਜੀ, ਹੀਰੋ ਬਣ ਕੇ ਲਾ ਰਾ 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 ਪੈ ਜਾ। ਅੱਛਾ, ਹਾਂ, ਲਾ 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 ਲਾ। 1.5 ਮਿੰਟ 1 ਮਿੰਟ ਹੋ ਗਿਆ ਆ ਜਾ, ਤੂੰ ਉੱਥੇ ਜਾ ਕੇ ਕਹ ਤੂੰ ਤੈਨੂੰ ਮੇਰੀ ਵਾਰੀ ਅੱਗੇ ਕਿਉਂ ਨਹੀਂ ਜਾਣ ਦਿੰਦਾ? ਤੇਰੇ 'ਚ ਹਿੰਮਤ ਨਹੀਂ ਗਈ? ਫਿਰ ਜਾ ਲੈ ਉਸ ਟਾਈਮ। ਪੁੱਤਰ ਵਧਾ, ਮੇਰਾ ਉਹ ਟਾਈਮ ਨਹੀਂ ਹੈਗਾ। ਪਹਿਲੀ ਵਾਰੀ ਵੇਖਿਆ ਨਾ ਤੁਸੀਂ, ਐਨਕ ਤੇ ਐਨਕ ਲੱਗੀ। ਤਾਂ ਦੂਸਰੀ ਐਨਕ ਨਾ ਵੇਖਣਾ ਜੀ, ਤੈਨੂੰ ਮੈਂ ਦੂਸਰੇ ਕੱਛੇ ਨਾ ਵਹਾਉਣਾ। ਮੈਡਮ, ਮੈਡਮ, ਤੁਹਾਡੇ ਬਗੈਰ ਨਹੀਂ ਜ਼ਿੰਦਾ ਰਹਿ ਸਕਦਾ। ਜੇ ਤੁਸੀਂ ਨਾ ਮਿਲੇ ਤੇ ਉਹ ਮਰ ਜਾਏਗਾ, ਮਰ ਜਾਏਗਾ, ਮਰ ਜਾਏਗਾ। ਤੁਸੀਂ ਵਾਅਦਾ ਕਰੋ ਕਿ ਤੁਸੀਂ ਉਹਦੇ ਉਹਦੀ ਗੱਲ ਸੁਣੋਗੇ। ਆਪਣੀ ਵੀ ਲਿਆ ਦੋ ਮੈਨੂੰ ਚੱਲਿਆ। ਜਾਓ ਉਸਦਾ ਆਪਣਾ। ਮੈਡਮ ਜੀ, ਅੱਛਾ ਜੀ, ਹੁਣ ਮੈਂ ਆਪਣੀ ਸਪੀਡ ਚੈੱਕ ਕਰਨੀ ਹੈ ਜੀ। 40 ਸੈਕਿੰਡਸ, 40 ਸੈਕਿੰਡ ਪੂਰੇ ਹੋ ਗਏ। ਉਹ ਹਾਲੇ ਤੇ ਪੈਰ ਨਹੀਂ ਪੁੱਤਰ, ਡਰਾਮੇ ਤੋਂ ਹਟ ਕੇ ਜ਼ਫਰੀ ਪੁੱਤਰ ਥੋੜੇ ਜਿਹਾ ਗਾਂਹ ਕਰਾ। ਜਾ ਉਸਤਾਦ ਜੀ, ਆਪਣੇ ਦਿਲ ਦੀ ਗੱਲ ਕਹਿ ਲਓ। ਇਹ ਥੁੱਸ ਹੋਇਆ, ਚੱਲ ਫੜ ਕੇ ਕਰਾ ਨਾ ਹੁਣ ਤਾਂ। ਅੰਦੀ ਦੇ ਬੱਚੇ ਏਡਾ ਹੀ ਰਹਿ ਗਏ ਤੂੰ, ਅੱਗੇ ਹੁਸਨ ਤੇ ਵੇਖ। ਮੈਡਮ, ਤੁਹਾਡਾ ਬਹੁਤ ਪਿਆਰ ਕਰਦਾ, ਇਹ ਤੁਹਾਡੀ ਜ਼ਿੰਦਗੀ 'ਚ ਹਰ ਜਗ੍ਹਾ 'ਤੇ ਕੰਮ ਆ ਸਕਦਾ, ਖਾਸ ਕਰਕੇ ਕਿੱਤੇ ਚਮਕਾਉਣ ਲਈ। ਅੱਛਾ, ਵੇਖ ਰਿਹਾ ਤੂੰ ਫੜ ਕੇ ਪਾਉਣ ਲੱਗਿਆ। ਉਹ ਤੇ ਹਾਲੀ ਮੈਂ ਕਹਿਣਾ ਅੱਗੇ, ਉਹ ਤੇ ਮੈਂ ਕਹਿਣਾ ਅੱਛਾ ਜੱਤ ਪਾ, ਉਹ ਛੇਤੀ ਕਰ ਲਓ, ਤੁਹਾਡੇ ਸੀਨ 'ਚ ਮੈਂ ਪਲੀਤ ਹੋ ਗਿਆ। ਪਲੀਜ਼ ਨਾ ਆਓ, ਉਹਦੇ ਕਹਿਣ ਤੇ ਤੂੰ ਭੈਣ ਬਚਾ। ਇਹ ਮੇਰਾ ਉਸਤਾਦ, ਮੇਰਾ ਉਸਤਾਦ ਬਾਅਦ ਚ ਬਦਮਾਸ਼ ਬਣਿਆ। ਪੂਰਾ ਖਾਨਦਾਨ ਇਹਦਾ ਵਾਜਾ ਵਜਾਉਂਦਾ ਸੀ ਵਿਆਹਾਂ ਸ਼ਾਦੀਆਂ ਤੇ, ਇਹਨੂੰ ਨਹੀਂ ਸੀ ਵਜਾਉਣਾ ਹੁੰਦਾ। ਅੱਛਾ, ਇੱਕ ਦਿਨ ਗਾਹਕ ਆ ਗਿਆ, ਉਹਨੇ ਕਿਹਾ ਜੀ ਗੋਸ਼ੀ ਜੀ ਵਾਜਾ ਵਜਾਉਣਾ ਸਾਡੇ ਭਰਾ ਦੇ ਵਿਆਹ ਤੇ। ਕਹਿੰਦਾ ਜੀ 8 ਤੱਕ ਵਾਜਾ ਵਜਾਵਾਂਗੇ, 10,000 ਰੁਪਇਆ ਹੋਏਗਾ। ਅੱਛਾ, ਉਹਨੇ ਕਿਹਾ ਜੀ 5,000 ਐਡਵਾਂਸ, 5,000 ਬਾਕੀ। ਹੁਣ ਵਿਆਹ ਤੇ ਵਾਜਾ ਵਜਾ ਰਿਹਾ ਤੇ ਵਜਾਉਣਾ ਹੀ ਨਹੀਂ ਆ ਰਿਹਾ, ਫਿੱਕਾ ਵਜਾਈ ਜਾ ਰਿਹਾ। ਉਹ ਲੜਦਾ ਪਿਓ ਕਹਿੰਦਾ ਉਹ ਇਹ ਕੀ ਵਜਾ ਰਿਹਾ? ਕਹਿੰਦੇ ਜੀ ਮੈਂ ਤੇ 8 ਹੀ ਵਜਾ ਰਿਹਾ। ਹ
हाँ जी मैडम आप करती क्या है तेरा जरा क्या करना है ਧਿਆਨ ਰੱਖ ਮੈਂ ਧਿਆਨ ਹੀ ਤੂੰ ਪਰ ਆ ਜਾ ਤੇਰੀ ਭੈਣ ਦਾ ਮਾਮਲਾ ਤੈਨੂੰ ਛਿੜ ਛਿੜ ਨਾ ਪਵਾ